ਤੇ ਪੰਜਾਬ ਅੰਦਰ ਲਗਾਤਾਰ ਵਧ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੀਆਂ ਘਟਨਾਵਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰ ਮਿਲਣੀ ਦੌਰਾਨ ਚਿੰਤਾ ਜ਼ਾਹਰ ਕੀਤੀ। ਸ੍ਰੀ ਦਮਦਮਾ ਸਾਹਿਬ ਵਿਖੇ ਇੱਕ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬੇਦਬੀ ਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਸਰਬੱਤ ਖਾਲਸਾ ਆਗੂਆਂ ਤੇ ਸਵਾਲੀਏ ਨਿਸ਼ਾਨ ਖੜੇ ਕਰ ਦਿੱਤੇ ਹਨ। ਉਹਨਾਂ ਮੌਜੂਦਾ ਸਮੇਂ ਵਿੱਚ ਵਾਪਰ ਰਹੀਆਂ ਬੇਦਬੀ ਘਟਨਾਵਾਂ ਤੇ ਆਗੂਆਂ ਦੇ ਚੁੱਪ ਰਹਿਣ ਨੂੰ ਹੈਰਾਨੀਜਨਕ ਦੱਸਿਆ ਹੈ। ਇਸ ਦੇ ਨਾਲ ਹੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਬਿਨਾਂ ਪਾਸਪੋਰਟ ਤੋਂ ਦਰਸ਼ਨਾਂ ਲਈ ਸੰਗਤਾਂ ਨੂੰ ਇਜਾਜ਼ਤ ਦੇਣ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਕਮੇਟੀ ਪਹਿਲਾਂ ਹੀ ਇਹ ਮੰਗ ਕੇਂਦਰ ਸਰਕਾਰ ਕੋਲ ਰੱਖ ਚੁੱਕੀ ਹੈ। ਦੇਖੋ, ਮੈਂ ਸਮਝਦਾ ਕਿ ਇਹ ਲਗਾਤਾਰ ਜਿਹੜੀਆਂ ਬੇਅਦਬੀਆਂ ਨੇ ਇਹ ਰੋਜ਼ਾਨਾ ਕੋਈ ਨਾ ਕੋਈ ਸਾਡੇ ਸਾਹਮਣੇ ਆਉਂਦੀਆਂ, ਕਿਤੇ ਨਾ ਕਿਤੇ ਇਹ ਘਟਨਾਵਾਂ ਵਾਪਰ ਰਹੀਆਂ ਨੇ। ਸੋ ਪਤਾ ਨਹੀਂ ਅੱਜ ਕਿਉਂ ਚੁੱਪ ਨੇ ਜਿਹੜੇ ਬੜਲਾਂ ਬਹੁਤ ਵੱਡੇ ਆਗੂ ਬਣੇ ਹੋਏ ਤੇ ਇਸ ਗੱਲ ਦੇ ਉੱਤੇ ਮੋਹਰੀ ਸੀ, ਅੱਜ ਉਹ ਬਿਲਕੁਲ ਹੀ ਖਾਮੋਸ਼ ਹੋ ਗਏ ਇਸ ਗੱਲ ਦੇ ਉੱਤੇ। ਅਸੀਂ ਪਹਿਲਾਂ ਵੀ ਸਰਕਾਰ ਦੇ ਨਾਲ ਬੜੀ ਜਦੋਜਹਿਦ ਕਰਦੇ ਰਹੇ ਹਾਂ, ਸਰਕਾਰ ਤੱਕ ਸਾਡੀ ਅਸੀਂ ਗੱਲ ਵੀ ਪਹੁੰਚਾਉਂਦੇ ਰਹੇ ਹਾਂ ਕਿ ਉਹਨਾਂ ਨੂੰ ਜਿਹੜੀ ਹੈ ਜਿਹੜੇ ਵੀ ਕੋਈ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਹੈ ਉਹ ਸਜ਼ਾ ਮਿਲਣੀ ਚਾਹੀਦੀ ਹੈ। ਸਾਡੇ ਜਿੱਥੇ ਵੀ ਕਿਤੇ ਵੀ ਐਸੀ ਬੇਅਦਬੀ ਹੁੰਦੀ ਹੈ, ਸਾਡੇ ਭਾਵੇਂ ਗ੍ਰੰਥੀ ਸਿੰਘ ਨੇ ਕਈ ਥਾਵੇਂ ਸਿੰਘ ਸਾਹਿਬ ਵੀ ਪਹੁੰਚਦੇ ਨੇ, ਸਾਡੇ ਹੋਰ ਸਟਾਫ ਦੇ ਮੈਂਬਰ ਵੀ ਉੱਥੇ ਹਰ ਥਾਂ 'ਤੇ ਜਾਂਦੇ ਨੇ। ਸੋ ਅਸੀਂ ਹਰ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਵੀ ਇਹਦੇ ਪ੍ਰਤੀ ਜਾਗਰੂਕ ਕੀਤਾ ਜਾਵੇ, ਇਹ ਧਿਆਨ ਰੱਖਿਆ ਜਾਵੇ ਕਿ ਇਹ ਨਾ ਹੋਣ, ਅਤੇ ਸਰਕਾਰ ਨੂੰ ਵੀ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਉਹਨਾਂ ਨੂੰ ਸਖਤਾਈ ਕਰਨ ਅਤੇ ਉਹਨਾਂ ਨੂੰ ਸਖਤ ਸਜ਼ਾ ਦੇਣ ਤਾਂ ਕਿ ਇਹਨਾਂ ਦੇ ਉੱਤੇ ਜਿਹੜੀਆਂ ਬੇਅਦਬੀ ਹੋਈਆਂ ਨੇ ਉਹ 'ਤੇ ਰੋਕ ਲਾਈ ਜਾ ਸਕੇ। ਸਾਡੀ ਪਹਿਲਾਂ ਹੀ ਮੰਗ ਹੈ ਵੀ ਬਿਨਾਂ ਪਾਸਪੋਰਟ ਤੋਂ ਖੁੱਲ੍ਹੇ ਤੌਰ 'ਤੇ ਦਰਸ਼ਨ ਦਾਰੇ ਹੋਣੇ ਚਾਹੀਦੇ ਨੇ। ਸੋ ਤਾਂ ਕਿ ਜੋ ਸਾਡੀ ਭਾਵਨਾ ਹੈ, ਜੋ ਸਾਡੀ ਸ਼ਰਧਾ ਹੈ ਹਰ ਨਾਨਕ ਨਾਮ ਲੇਵਾ ਸੰਗਤ ਦੀ, ਕਿ ਖੁੱਲ੍ਹੇ ਦਰਸ਼ਨਦਾਰੇ ਹੋਣ 'ਤੇ ਉਹਦੇ 'ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ, ਨਾ ਪਾਸਪੋਰਟ ਦੀ ਨਾ ਕੋਈ ਹੋਰ। ਸੋ ਉਹਦੀ ਖੁੱਲ੍ਹੇ ਦਰਸ਼ਨਦਾਰਿਆਂ ਦੀ ਇਜਾਜ਼ਤ ਦਿੱਤੀ ਜਾਵੇ।